सत श्रीकाल दोस्तों, मैं थोड़ा सा रहिंदा अपने यूट्यूब चैनल पर बहुत बहुत स्वागत करता हाँ। दोस्तों असं अज पंजाबी ग्रामर का पार्ट नंबर 8 डिस्कस कर जा रहे हैं। इस तो पहला असं इस दे पार्ट 1 तो लैके 7 तक डिस्कस कर चुके हैं। जिन्होंने वीडियो नहीं देखी उसका लिंक तुहानू डिस्क्रिप्शन बॉक्स में या तुसीं चैनल की प्लेलिस्ट जाके वीडियो देख सकते हो। तो फ्रेंड्स, वीडियो शुरू करने तो पहला अगर तुसीं चैनल दे नवे हो, अज तक चैनल नू सबसक्राइब नहीं किया तो प्लीज़ पहला चैनल में सबसक्राइब करो तो इस बैल आइकन प्रेस करो ताकि हर इनफॉर्मेटिव वीडियो का नोटिफिकेशन थोड़े तक सब तो पहला पहुँच सके। अगर तुम्हें वीडियो अच्छी लगती है तो वीडियो में लाइक तो ज़्यादा से ज़्यादा शेयर करो। तो इस ही शुरू करते हैं पंजाबी व्याकरण का पार्ट 8 है। क्वेश्चन नंबर है साढ़े को 78। पुआधी भाषा बोली जाती है, इसका आंसर है ਘੱਗਰ ਤੋਂ ਬਾਅਦ ਦੇ ਇਲਾਕੇ ਵਿੱਚ ਪੁਆਧੀ ਭਾਸ਼ਾ ਬੋਲੀ ਜਾਂਦੀ ਹੈ। ਨੈਕਸਟ ਕੁਐਸਚਨ ਹੈ ਘੋੜਾ ਸ਼ਬਦ ਦਾ ਇਸਤਰੀ ਲਿੰਗ ਹੈ, ਇਸਦਾ ਉੱਤਰ ਹੈ ਘੋੜੀ। ਇਹ ਉਸ ਦੀਆਂ ਪੁਸਤਕਾਂ ਹਨ, ਸੰਬੰਧਕ ਚੁਣੋ, ਜਿਸਦਾ ਆਂਸਰ ਹੈ ਦੀਆਂ, ਸੰਬੰਧਕ। ਇਹ ਉਸ ਦੀਆਂ ਪੁਸਤਕਾਂ ਹਨ। ਵਿਆਕਰਨ ਕਿਸ ਨੂੰ ਆਖਦੇ ਹਨ? ਭਾਸ਼ਾ ਦੇ ਵਰਤਾਰੇ ਸੰਬੰਧੀ ਨਿਯਮ ਦੱਸਣ ਬਾਰੇ ਸ਼ਾਸਤਰ ਨੂੰ ਵਿਆਕਰਨ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਵਿਆਕਰਨ ਨੂੰ ਕਿੰਨਾ ਭਾਗਾਂ ਵਿੱਚ ਵੰਡਿਆ ਗਿਆ ਹੈ? ਵਿਆਕਰਨ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ। ਆ ਜਾਏਗਾ ਸਾਡੇ ਕੋਲ ਧੁਨ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ। ਉਸ ਤੋਂ ਬਾਅਦ ਹੈ ਪੰਜਾਬੀ ਵਿੱਚ ਕਿੰਨੇ ਪ੍ਰਕਾਰ ਦੇ ਲਿੰਗ ਹੁੰਦੇ ਹਨ? ਪੁਲਿੰਗ ਅਤੇ ਇਸਤਰੀ ਲਿੰਗ। ਉਹ ਘਰ ਗਿਆ ਅਤੇ ਉਸਨੇ ਰੋਟੀ ਖਾਧੀ, ਵਾਕ ਕੀ ਕਿਸਮ ਲਿਖੋ, ਸੰਯੁਕਤ ਵਾਕ। ਧੁਨੀ ਬੋਧ ਕੀ ਹੁੰਦਾ ਹੈ? ਇਸਦਾ ਆਂਸਰ ਹੈ ਵਿਆਕਰਨ ਦਾ ਉਹ ਭਾਗ ਜਿਸ ਵਿੱਚ ਲਗਾਂ, ਸਵਰ, ਵਿਅੰਜਨ, ਲਗਾਖਰ, ਦੁੱਤ, ਅੱਖਰ ਆਦਿ ਦਾ ਗਿਆਨ ਪ੍ਰਾਪਤ ਹੁੰਦਾ ਹੈ ਉਸ ਨੂੰ ਧੁਨੀ ਬੋਧ ਕਿਹਾ ਜਾਂਦਾ ਹੈ। ਧੁਨੀ ਕੀ ਹੁੰਦੀ ਹੈ? ਜਦੋਂ ਹਵਾ ਫੇਫੜਿਆਂ ਤੋਂ ਹੁੰਦੀ ਹੋਈ ਮੂੰਹ ਰਾਹੀਂ ਬਾਹਰ ਆਉਂਦੀ ਹੈ ਉਸ ਨੂੰ ਧੁਨੀ ਕਹਿੰਦੇ ਹਾਂ। ਨੈਕਸਟ ਕੁਐਸਚਨ ਹੈ ਅੱਖੋਂ ਅੰਨੀ ਨਾ ਚਿਰਾਗੋਂ ਦਾ ਅਰਥ ਹੈ, ਜਿਸ ਦਾ ਨਾਂ ਉਸਦਾ ਗੁਨਾਹ ਦੇ ਉਲਟ ਹੋਵੇ, ਜਿਸਦਾ ਨਾਂ ਉਸਦਾ ਗੁਣ ਦੇ ਉਲਟ ਹੋਵੇ। ਠੀਕ ਹੈ ਜੀ, ਗੁਨਾ ਨਹੀਂ ਆਉਣਾ, ਗੁਣ, ਜਿਸਦਾ ਨਾਂ ਉਸਦੇ ਗੁਣ ਦੇ ਉਲਟ ਹੋਏ। ਅੱਖੋਂ ਅੰਨੀ ਨਾ ਚਿਰਾਗੋਂ ਦਾ ਅਰਥ ਹੈ। ਨੈਕਸਟ ਕੁਐਸਚਨ ਹੈ ਕੁੜੀ ਨੇ ਕੁੱਤੇ ਨੂੰ ਰੋਟੀ ਪਾਈ, ਕਿਹੜਾ ਕਾਰਕ ਹੈ? ਸੰਪਰਦਾਨ ਕਾਰਕ। ਨੈਕਸਟ ਕੁਐਸਚਨ ਹੈ ਧੁਨੀ ਦੀਆਂ ਕਿੰਨੀਆਂ ਅਵਸਥਾ ਹੁੰਦੀਆਂ ਹਨ? ਧੁਨੀ ਉਪਚਾਰ, ਧੁਨੀ ਸੰਚਾਰ, ਧੁਨੀ ਗ੍ਰਹਿਣ। ਉਸ ਤੋਂ ਬਾਅਦ ਖੰਡੀ ਕੀ ਹੁੰਦੀ ਹੈ? ਜਿਸ ਅੱਖਰ ਨੂੰ ਸੁਤੰਤਰ ਰੂਪ ਵਿੱਚ ਵਿਚਰ ਸਕਦੇ ਹਾਂ ਅਤੇ ਜਿਸ ਦਾ ਕੋਈ ਆਪਣਾ ਸਰੂਪ ਹੁੰਦਾ ਹੈ ਉਸ ਨੂੰ ਖੰਡੀ ਧੁਨੀ ਕਹਿੰਦੇ ਹਨ। ਮੇਜ਼, ਪਤੀਲਾ, ਪੱਖਾ, ਕੜਾ ਆਦਿ ਲਿੰਗ ਦੇ ਕਿਹੜੇ ਵਰਗ ਨਾਲ ਸੰਬੰਧਿਤ ਹਨ? ਵਿਆਕਰਨ ਲਿੰਗ। ਉਸ ਤੋਂ ਬਾਅਦ ਹੈ ਦੋਹਾ ਮੁੰਡਿਆਂ ਨੂੰ ਇਨਾਮ ਮਿਲਿਆ ਵਿੱਚ ਸੰਬੰਧਕ ਦੀ ਤਲਾਸ਼ ਕਰੋ, ਨੂੰ। ਉਸ ਤੋਂ ਬਾਅਦ ਆ ਗਿਆ ਅਖੰਡੀ ਕੀ ਹੁੰਦੀ ਹੈ? ਇਸਦਾ ਆਂਸਰ ਹੈ ਇਸ ਦਾ ਆਪਣਾ ਸਰੂਪ ਨਹੀਂ ਹੁੰਦਾ, ਇਹ ਖੰਡੀ ਧੁਨੀ ਦੀ ਵਰਤੋਂ ਨਾਲ ਮਦਦ ਵਿੱਚ ਆਉਂਦੀ ਹੈ। ਸਵਰ ਕੀ ਹੁੰਦਾ ਹੈ? ਜਦੋਂ ਹਵਾ ਬਿਨਾਂ ਰੁਕਾਵਟ ਤੋਂ ਬਾਹਰ ਆਉਂਦੀ ਹੈ ਉਸ ਨੂੰ ਸਵਰ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਕਿਹੜੇ ਅੱਖਰ ਸਵਰ ਹਨ? ਊੜਾ, ਐੜਾ, ਈੜੀ। ਸਵਰ ਧੁਨੀਆਂ ਕਿਹੜੀਆਂ ਹਨ? ਇਹ ਸਵਰ ਧੁਨੀਆਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਨੈਕਸਟ ਹੈ ਗੰਗਾ ਗੇ ਗੰਗਾ ਰਾਮ, ਜਮੁਨਾ ਗੇ ਜਮੁਨਾ ਦਾਸ ਦਾ ਅਰਥ ਹੈ ਮੌਕਾ ਪ੍ਰਸਤ ਅਤੇ ਬੇਸੂਲੇ ਲਈ। ਊਨਾ ਦਾ ਕੀ ਅਰਥ ਹੈ? ਕੱਟ। ਨੈਕਸਟ ਕੁਐਸਚਨ ਹੈ ਕੋਝਾ ਦਾ ਕੀ ਅਰਥ ਹੈ? ਕਰੂ।
ਰਸਵ ਕੀ ਹੁੰਦਾ ਹੈ? ਉਹ ਜਿਸ ਦੇ ਉਚਾਰਨ ਵਿੱਚ ਸਮਾਂ ਘੱਟ ਲੱਗਦਾ ਹੈ ਉਸਨੂੰ ਰਸਵ ਕਿਹਾ ਜਾਂਦਾ ਹੈ। ਅਦਾਨਾ, ਤੁਸ਼। ਤੁਸ਼ ਦਾ ਕੀ ਅਰਥ ਹੈ? ਇਸਦਾ ਅਰਥ ਹੈ ਅਦਨਾ। ਵਿਅੰਜਨ ਕੀ ਹੁੰਦਾ ਹੈ? ਜਦੋਂ ਹਵਾ ਉਪਚਰਨ ਜਦੋਂ ਹਵਾ ਉਪਚਾਰਨ ਅੰਗਾਂ ਵਿੱਚ ਰਗੜ ਪੈਦਾ ਕਰਦੀ ਹੈ ਤਾਂ ਉਸਨੂੰ ਵਿਅੰਜਨ ਕਿਹਾ ਜਾਂਦਾ ਹੈ। ਵਿਅੰਜਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਉਚਾਰਨ ਸਥਾਨ, ਰੋਕ ਦੇ ਆਧਾਰ 'ਤੇ ਉਚਾਰਨ, ਉਚਾਰਨ ਲਹਿੰਜੇ ਦੇ ਆਧਾਰ 'ਤੇ। ਢਕਵੇਂ ਵਿਅੰਜਨ ਕੀ ਹੁੰਦੇ ਹਨ? ਜਦੋਂ ਹਵਾ ਨੂੰ ਰੋਕ ਕੇ ਛੱਡਿਆ ਜਾਂਦਾ ਹੈ ਤਾਂ ਉਸਨੂੰ ਢਕਵੇਂ ਵਿਅੰਜਨ ਕਿਹਾ ਜਾਂਦਾ ਹੈ। ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਕੁੜਤਨ ਸ਼ਬਦਾਂ ਦਾ ਵਿਰੋਧੀ ਸ਼ਬਦ ਦੱਸੋ। ਮਿਠਾਸ, ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ 'ਤੇ ਵਰਤਿਆ ਜਾਂਦਾ ਹੈ ਉਸ ਨੂੰ ਡੈਸ਼ ਕਹਿੰਦੇ ਹਨ, ਪ੍ਰਣੌਫ ਕਹਿੰਦੇ ਹਨ। ਲਗਾਂ ਜਾਂ ਲਗਾਂ ਮਾਤਰਾ, ਉਹ ਲਿਪੀ ਚਿੰਨ੍ਹ ਹਨ ਜਦੋਂ ਕਿਸੇ ਨਾ ਕਿਸੇ ਅੱਖਰ ਨਾਲ ਵਰਤੋਂ ਵਿੱਚ ਆਉਂਦੇ ਹਨ। ਲਗਾਖਰ ਕੀ ਹੁੰਦੇ ਹਨ? ਬਿੰਦੀ, ਟਿੱਪੀ ਅਤੇ ਅਦਕ। ਨਰ ਅਤੇ ਮਾਦਾ ਦੇ ਭੇਦ ਨੂੰ ਪੰਜਾਬੀ ਵਿਆਕਰਨ ਵਿੱਚ ਕਿਹਾ ਜਾਂਦਾ ਹੈ ਲਿੰਗ ਭੇਦ। ਦਿਓਰ ਸ਼ਬਦ ਦਾ ਇਸਤਰੀ ਲਿੰਗ, ਇਸਦਾ ਆਂਸਰ ਹੈ ਜੀ ਦਰਾਣੀ। ਰੂਪ ਦੇ ਪੱਖੋਂ ਤੋਂ ਸੰਬੰਧਕਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਹਨ? ਦੋ, ਵਿਕਾਰੀ ਅਤੇ ਅਵਿਕਾਰੀ। ਦੁੱਤ ਅੱਖਰ ਕੀ ਹੁੰਦੇ ਹਨ? ਜਦੋਂ ਕਿਸੇ ਅੱਖਰ ਨੂੰ ਕਿਸੇ ਹੋਰ ਅੱਖਰ ਨਾਲ ਜੋੜਿਆ ਜਾਂਦਾ ਹੈ ਤਾਂ ਦੁੱਤ ਅੱਖਰ ਅਖਵਾਉਂਦਾ ਹੈ। ਕਿਸੇ ਅੱਖਰ ਦੇ ਪੈਰ ਵਿੱਚ ਪੈਣ ਵਾਲੇ ਅੱਖਰ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਗੁਰਮੁਖੀ ਲਿਪੀ। ਗੁਰਮੁਖੀ ਲਿਪੀ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ? ਗੁਰੂ ਅਰਜਨ ਦੇਵ ਜੀ ਨੂੰ। ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਨੂੰ ਕੀ ਕਹਿੰਦੇ ਹਨ? ਭਾਵੰਸ਼, ਧੁਨੀ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਰਚੇ? ਨੈਕਸਟ ਕੁਸ਼ਚਨ ਹੈ, ਵਰਨਮਾਲਾ ਵਿੱਚ ਕਿੰਨੇ ਤੋਂ ਲੈ ਕੇ ਕਿੰਨੇ ਅੱਖਰ ਆਉਂਦੇ ਹਨ? ਊੜੇ ਤੋਂ ਲੈ ਕੇ ਅਤੇ ਰਾੜੇ ਤੱਕ। ਤੁਸ਼ ਦਾ ਕੀ ਅਰਥ ਹੈ? ਅਦਨਾ। ਗੁਰਮੁਖੀ ਲਿਪੀ ਨੂੰ ਕਿੰਨੇ ਅੱਖਰੀ ਕਿਹਾ ਜਾਂਦਾ ਹੈ? ਇਸਦਾ ਆਂਸਰ ਹੈ ਜੀ 35 ਅੱਖਰੀ। ਵਰਨਮਾਲਾ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ? 8 ਵਰਗਾਂ ਵਿੱਚ। ਉੱਤਮ ਵਰਗ, ਕਵਰਗ, ਚਵਰਗ, ਟਵਰਗ, ਵਰਗ, ਅੰਤਮ ਵਰਗ। ਵਰਨਮਾਲਾ ਵਿੱਚ ਕਿਹੜੇ 6 ਫਾਰਸੀ ਸ਼ਬਦ ਹੋਰ ਜੋੜ ਦਿੱਤੇ ਗਏ ਹਨ? ਇਸਦਾ ਆਂਸਰ ਹੈ ਜੀ। ਨੈਕਸਟ ਹੈ, ਆਈ ਚਲਾਈ ਕਰਨੀ ਦਾ ਅਰਥ ਹੈ ਜੋ ਕਮਾਉਣਾ ਸੋ ਖਾਣਾ। ਸਹੀ ਸਮਾਸੀ ਸ਼ਬਦ ਸੁਣੋ। ਹੱਕ ਹਰਾਮ, ਹੱਕ ਹਲਾਲ, ਹੱਕ ਨਿਹੱਕ, ਹੱਕ ਕਮਾਈ ਆਏਗਾ। ਨੈਕਸਟ ਕੁਸ਼ਚਨ ਹੈ, ਅੱਖਾਂ ਅੰਨੀ ਨਾ ਚਿਰਾਗੋਂ ਦਾ ਅਰਥ ਹੈ ਜਿਸ ਦਾ ਨਾਂ ਉਸਦੇ ਗੁਣ ਦੇ ਉਲਟ ਹੋਵੇ। ਨੈਕਸਟ ਕੁਸ਼ਚਨ ਹੈ, ਕੁੜੀ ਨੇ ਕੁੱਤੇ ਨੂੰ ਰੋਟੀ ਪਾਈ ਕਿਹੜਾ ਕਾਰਕ ਹੈ? ਸੰਪਰਦਾਇਕ ਕਾਰਕ। ਨੈਕਸਟ ਕੁਸ਼ਚਨ ਹੈ, ਸ਼ਬਦ ਬੋਧ ਕੀ ਹੁੰਦਾ ਹੈ? ਧੁਨੀਆਂ ਦੇ ਸਮੂਹ ਤੋਂ ਬਣੀ ਭਾਸ਼ਾ ਦੀ ਸਾਰਥਿਕ ਇਕਾਈ ਨੂੰ ਸ਼ਬਦ ਕਿਹਾ ਜਾਂਦਾ ਹੈ। ਇਹਨਾਂ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ, ਰਚਨਾ ਦੇ ਆਧਾਰ 'ਤੇ, ਅਰਥ ਦੇ ਆਧਾਰ 'ਤੇ, ਰੂਪ ਦੇ ਆਧਾਰ 'ਤੇ, ਪ੍ਰਯੋਗ ਦੇ ਆਧਾਰ 'ਤੇ। ਰਚਨਾ ਦੇ ਆਧਾਰ 'ਤੇ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ? 2 ਪ੍ਰਕਾਰ ਦੇ, ਮੂਲ ਅਤੇ ਰਚਿਤ। ਸਮਾਸੀ ਸ਼ਬਦ ਕੀ ਹੁੰਦਾ ਹੈ? ਜਦੋਂ ਸਮਾਸੀ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਦੇ ਵਿਚਕਾਰ ਲੱਗਿਆ ਸੰਬੰਧ ਹਟਾ ਦਿੱਤਾ ਜਾਵੇ, ਜਿਵੇਂ ਕਿ ਦਿਨ ਰਾਤ,
विरोधी समासी, हौली हौली विशेषण समासी, ब्याह शादी समान समासी। उस तो बाद है विधेतर की हुंदा है, जिस सार्थक शब्द नाम अगेतर अते पिछेतर दी वरतों हुंदी है उसनू विधेतर कहा जाता है। उत्पन्न की हुंदा है, जदों किसी शब्द नाल अगेतर पिछेतर दी वरतों कीती जाती है तो उसनू उत्पन्न कहा जाता है। फड़ा मारनिया वाक दा अर्थ है शेखी मारनी। माझी किस खेतर दी भाषा है, अमृतसर गुरदासपुर। मलवई किस खेतर दी भाषा है, पटियाला संगरूर। दुआबी किस खेतर दी भाषा है, हुशियारपुर जलंधर। ओड़ शब्द का विरोधी शब्द चुनो जिसका अर्थ है वर्खा। साइया किते ते डैश अखान पूरी करो, साइया किते ते वधाइया किते। मुक्ता अक्षर किहड़े हुंदे हन जिन्हां नूं कोई लग ना लगे, मुक्ता अक्षर। अर्थ दे आधार ते शब्द किन्ने प्रकार दे हुंदे हन, इसका आंसर है जी दो, सार्थक ते निरार्थक। रूप दे आधार ते शब्द किन्ने प्रकार दे हुंदे हन, दो प्रकार दे, विकारी ते अविकारी। विकारी किस नूं कहा जांदा है, जिहड़े रूप बदल सकदा है पर अर्थ नहीं बदल सकदे। उदाहरण मुंडा गीत गाउंदा है, मुंडे ने गीत गाया। नाव किन्ने प्रकार दे हुंदे हन, पंज प्रकार दे हुंदे हन, आम नाव, खास नाव, इकठवाचक नाव, भाववाचक, वस्तुवाचक या पदार्थवाचक। पंजाबी विच संपैयिक विशेषण नूं किन्ने रूपां विच मन्ने गए हन, इसका आंसर है छे। पुरखवाचक पड़नाव नूं किन्ने भागां विच वंडिया जा सकता है, तीन। शब्द रचना अनुसार शब्द दीआं किन्नीआं श्रेणियां हन, इसका उत्तर है दो श्रेणियां हन, मूल ते रचित। बनतर दे आधार ते शब्द किन्ने प्रकार दे हुंदे हन, दो प्रकार दे हुंदे हन। निश्चयवाचक पड़नाव किहड़े हुंदे हन, जिस चीज़ दा निश्चित परिवान, यह दो प्रकार दे हुंदे हन, निकटवर्ती यह दूरवर्ती। वह निजवाचक पड़नाव किहड़े हुंदे हन, जदों किसे काम नूं आप करदे हाँ, उदाहरण मैं आप पढ़दा हाँ। संबंधवाचक पड़नाव किहड़े हुंदे हन, जदों जो दो उपवाकां नूं आपस विच जोड़दे हाँ ते पड़नाव हुंदा है। जिहड़े मेहनत करदे हन वह कामयाब हुंदे हन। नैक्सट क्वेश्चन है, प्रश्नवाचक पड़नाव किहड़े हुंदे हन, जदों किसे तों प्रश्न पुछिया जावे, उदाहरण घरे की बनिया। नैक्सट है खा पी उठना जागना आदि शब्द हुंदे हन, किरिया। हंडनसार उत्पन्न शब्द किहड़ी श्रेणी विच आउंदा है, पिछेतर। वाक रचना दे नियमां नूं हेठ लिखे किन्ने भागां विच वंडिया जा सकदा है, तीन। स्वर धुनियां किहड़ियां हन, ऊड़ा ऐड़ा ईड़ी। विशेषण दीआं पंज किस्मां किहड़ियां हन, गुणवाचक विशेषण, संख्यावाचक विशेषण, निश्चयवाचक विशेषण, परिणामवाचक विशेषण, परिणामी विशेषण। नैक्सट है किरिया नूं किन्ने भागां विच वंडिया जा सकदा है, चार भागां विच। कारज राम हाकी खेड़दा है, इस विच करता कर्म अते किरिया दसो, राम करता हाकी कर्म खेड़दा किरिया। संसर्गी किरिया की हुंदी है, जिस किरिया नाल मूल किरिया ना होवे उस नूं संसर्गी किरिया कहिंदे हन, जिसे चिन्ह है हन सी सन। किरिया विशेषण किसनों कहते हैं, जिस तो सानू किरिया की विशेषता का पता लगे उसनों किरिया विशेषण कहते हैं। यह आठ प्रकार के होंगे। कालवाचक किरिया विशेषण किसनों कहते हैं, जदों किसी किरिया की दोहराई या वार बार वरतों की जाती है वह कालवाचक किरिया विशेषण कहलाता है।
उदाहरण राम पिछले 2 सालों तो चंडीगढ़ रह रहा है। प्रकार वाचक क्रिया विशेषण किसनों आखते हैं? जदों सानू किसी दे काम दा तरीका जां ढंग पता लगे। उदाहरण वह हौली हौली तुरदा है। कारक वाचक क्रिया विशेषण किसनों कहते हैं? जदों जिस तो क्रिया दे होण दा कारण पता लगे। परिणाम वाचक क्रिया विशेषण किसनों कहते हैं? किसी दे तोल जां माप जां भार दा पता लगे। उदाहरण वह थोड़ा अड़ियल सुभा दा है। संख्यावाचक क्रिया विशेषण किसनों आखते हैं? जदों किसी संख्या नूं वारी वारी दोहराई जावे। उदाहरण वारी वारी कड़ी कड़ी। संबंधवाचक संबंधक किसनों आखते हैं? जो दो शब्दों नूं जोड़े उसनों संबंधक कहते हैं। इसनों 3 भागों विच वंडिया जाता है, साधारण पक्ष, रूप पक्ष ते अर्थ पक्ष। समुची समान योजक किसनों कहा जाता है? जदों दो उपवाक आपस विच जुड़ते हैं अते समान रूप विच भाव प्रकट करते हैं उसनों समुची समान योजक कहा जाता है। उदाहरण चाह भी पियो ते रोटी भी खाओ। विकल्पी समान योजक किसनों आखते हैं? जदों दो उपवाक आपस विच जुड़ते हैं अते आपस विच वटांदरे दा भाव प्रकट करते हैं उसनों विकल्पी योजक किया जाता है। वाक बोध किसनों कहते हैं? व्याकरण का वह भाग जिस विच वाक रचना, वाक वंड या श्रेणी, वाक वटांदरा, वाक अते विश्राम चिन्ह का ज्ञान प्राप्त होता है, उसनों वाक बोध किया जाता है। वाक किसनों कहते हैं? पूरे भाव नूं व्यक्त करन वाली भाषा इकाई नूं वाक कहा जाता है। वाक नूं 2 भागों विच वंडिया जाता है, उद्देश ते विधेय। संयुक्त वाक किसनों कहते हैं? जदों एक तो वध क्रिया वाक विच काम करती है ते दो उपवाकां नूं योजक दी मदद नाल जोड़िया जाता है उसनों संयुक्त वाक कहा जाता है। बयानिया किन्ने प्रकार दा हुंदा है? 2 प्रकार दा हुंदा है, हाँ वाचक ते ना वाचक। कर्तरी की हुंदा है? जिस वाक विच कर्ता प्रधान होवे। उदाहरण कुड़ियां फुल तोड़ रही हैं। उस बाद है कर्मनी की हुंदा है? जिस वाक विच कर्म प्रधान होवे। फुल कुड़ियां द्वारा तोड़े जाते हैं। विश्राम चिन्ह किन्ने तरह के होंदे हैं? 13 तरह के होंदे हैं। छुट्टी मरोड़ी किसनों कहते हैं? किसी शब्द नूं छोटा करके लिखा जाता है उसनों छुट मरोड़ी अखवांदा है। उदाहरण च मतलब विच। अर्थबोध किसनों कहते हैं? व्याकरण का वह भाग जिस विच शुद्ध अशुद्ध शब्द, समान आर्थक शब्द, विरोधी शब्द, बहुते शब्दों की थां ते एक शब्द, मुहावरे के अखाणा का ज्ञान प्राप्त होता है उसनों अर्थबोध कहा जाता है। काल किन्ने प्रकार के होंदे हैं? काल 3 प्रकार के होंदे हैं, वर्तमान काल, भूतकाल ते भविख काल। बोली ते लिपि का की संबंध है? लिपि बोली नूं लिखती रूप विच पेश करती है, यह एक तरह नाल बोली दा पहरावा है। इस राही सूक्ष्म जा ना रह के साकार रूप धार लैंदी है। किहड़े किहड़े अक्षरां दे पैरां विच बिंदी लगाई जाती है? गुरमुखी दे पहले प्रचलित हेठ लिखे अक्षरां दे पैरां विच बिंदी पा के नवें अक्षर बनाए गए हन। इन्हां अक्षरां दी लोड़ उर्दू फारसी विचों आई है। इस शब्द धुनिया दे नूं प्रकट करन लई ही अक्षर हन। नैक्सट है गुरमुखी लिपि दे होर किहड़े किहड़े नां प्रसिद्ध हन? गुरमुखी लिपि दे 35-35 अक्षरी ते पंजाबी लिपि 3 होर नां प्रसिद्ध हन। लिपि दे वर्णमाला विच की अंतर है? लिपि उन्हां सारियां चिन्हां नूं कहा जाता है जिन्हां तो किसी बोली नूं लिखती रूप देन
ਜਾਂ ਕੰਮ ਲਿਆ ਜਾਂਦਾ ਹੈ, ਪਰ ਵਰਨਮਾਲਾ ਵਿੱਚ ਕੇਵਲ ਵਰਨ ਹੀ ਸ਼ਾਮਲ ਕੀਤੇ ਹਨ ਅਤੇ ਉਹ ਵਿਸ਼ੇਸ਼ ਤਰਤੀਬ ਵਿੱਚ ਲਿਖੇ ਜਾਂਦੇ ਹਨ। ਵਿਅੰਜਨ ਧੁਨੀਆਂ ਕੀ ਹੁੰਦੀਆਂ ਹਨ? ਵਿਅੰਜਨ ਉਹਨਾਂ ਧੁਨੀਆਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਜੀਵ ਮੂੰਹ ਦੇ ਅੰਦਰ ਕਿਸੇ ਥਾਂ ਛੋਹ ਕੇ ਬੁੱਲ ਆਪਸ ਵਿੱਚ ਛੋਹ ਕੇ ਸਾਹ ਨੂੰ ਕੁਝ ਸਮੇਂ ਲਈ ਰੋਕ ਲੈਂਦੇ ਹਨ। ਪੰਜਾਬੀ ਵਿੱਚ ਕਿਹੜੀਆਂ ਕਿਹੜੀਆਂ ਧੁਨੀਆਂ ਵਿਅੰਜਨ ਹਨ? ਪੰਜਾਬੀ ਵਿੱਚ ਸੱਸੇ ਤੋਂ ਰਾੜੇ ਤੱਕ ਸਾਰੀਆਂ ਧੁਨੀਆਂ ਜਿਹੜੀਆਂ ਵਿਅੰਜਨ ਹਨ। ਅਨੁਨਾਸਿਕ ਜਾਂ ਨਾਸਿਕ ਧੁਨੀਆਂ ਕਿਹਨਾਂ ਨੂੰ ਕਿਹਾ ਜਾਂਦਾ ਹੈ? ਜਿਹੜੀਆਂ ਧੁਨੀਆਂ ਨੱਕ ਵਿੱਚ ਉਚਾਰੀਆਂ ਜਾਂਦੀਆਂ ਹਨ ਉਹਨਾਂ ਨੂੰ ਅਨੁਨਾਸਿਕ ਹੁੰਦੀਆਂ ਹਨ। ਨਾਸਿਕ ਵਿਅੰਜਨ ਕੀ ਹੁੰਦੇ ਹੈ? ਨਾਸਕੀ ਵਿਅੰਜਨ ਉਸ ਧੁਨੀ ਨੂੰ ਕਿਹਾ ਜਾਂਦਾ ਹੈ ਜਿਸ ਦਾ ਉਚਾਰਨ ਕਰਨ ਸਮੇਂ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ। ਲਗਾ ਮਾਤਰਾ ਕੀ ਹੁੰਦੀਆਂ ਹਨ? ਲਗਾ ਮਾਤਰਾ ਸਵਰਾਂ ਦੇ ਚਿੰਨ੍ਹ ਹੁੰਦੇ ਹਨ। ਪੰਜਾਬੀ ਵਿੱਚ ਭਾਵੇਂ ਤਿੰਨ ਅੱਖਰ ਊੜਾ ਐੜਾ ਈੜੀ ਹੀ ਹੈ ਸਵਰ, ਪਰੰਤੂ ਵਰਤੋਂ ਵਿੱਚ ਇਹਨਾਂ ਦੀ ਗਿਣਤੀ 10 ਹੈ। ਮੁਕਤਾ ਕੀ ਹੈ? ਮੁਕਤਾ ਇੱਕ ਹਸਵ ਸਵਰ ਹੈ ਜਿਸ ਦਾ ਕੋਈ ਚਿੰਨ੍ਹ ਨਹੀਂ, ਇਸ ਦੀ ਆਵਾਜ਼ ਐੜੇ ਦੇ ਬਰਾਬਰ ਹੁੰਦੀ ਹੈ। ਬਿੰਦੀ ਅਤੇ ਟਿੱਪੀ ਦੀ ਵਰਤੋਂ ਕਦੋਂ ਅਤੇ ਕਿੰਨਾ ਕਿੰਨਾ ਲੱਗਾਂ ਨਾਲ ਹੁੰਦੀ ਹੈ? ਦਸਾਂ ਲੱਗਾਂ ਵਿੱਚੋਂ ਕਿਸੇ ਦਾ ਉਚਾਰਨ ਨੱਕ ਵਿੱਚ ਹੁੰਦਾ ਹੈ ਤਾਂ ਉਸ ਦੇ ਨਾਲ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਅਧਕ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? ਪੰਜਾਬੀ ਵਿੱਚ ਅੱਖਰਾਂ ਦੀ ਦੋਹਰੀ ਆਵਾਜ਼ ਨੂੰ ਪ੍ਰਗਟ ਕਰਨ ਲਈ ਹਿੰਦੀ ਸੰਸਕ੍ਰਿਤ ਵਾਂਗ ਅੱਧੇ ਅੱਖਰ ਨਹੀਂ ਪਾਏ ਜਾਂਦੇ। ਜਿਸ ਅੱਖਰ ਦੀ ਆਵਾਜ਼ ਦੋਹਰੀ ਕਰਨੀ ਹੋਵੇ ਉਸ ਤੋਂ ਪਹਿਲਾਂ ਪਹਿਲੇ ਅੱਖਰ ਉੱਪਰ ਅੱਧਕ ਪਾ ਕੇ ਕੰਮ ਸਾਰ ਲਿਆ ਜਾਂਦਾ ਹੈ, ਜਿਵੇਂ ਸੱਚ। ਅੱਧਕ ਦੀ ਵਰਤੋਂ ਕਿਹੜੀ ਕਿਹੜੀ ਲੱਗ ਨਾਲ ਹੁੰਦੀ ਹੈ? ਪੰਜਾਬੀ ਵਿੱਚ ਅੱਧਕ ਦੀ ਵਰਤੋਂ ਮੁਕਤਾ, ਸਿਹਾਰੀ ਅਤੇ ਔਂਕੜ ਨਾਲ ਹੁੰਦੀ ਹੈ, ਪਰੰਤੂ ਅੰਗਰੇਜ਼ੀ ਦੇ ਕੁਝ ਸ਼ਬਦ ਲਿਖਣ ਲਈ ਇਸ ਦੀ ਵਰਤੋਂ ਦੁਲਾਵਾਂ ਨਾਲ ਵੀ ਵਰਤੋਂ ਕਰਨੀ ਪੈਂਦੀ ਹੈ। ਤੋ ਫਰੈਂਡਸ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ। ਜੈ ਹਿੰਦ।